ਮੰਤਰੀ ਨੇ ਸਰ, ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹੂੰਗਾ ਕਿ ਜਿਹੜੇ ਨਵੇਂ 30 ਅੱਜ ਮੁਹੱਲਾ ਕਲੀਨਿਕ ਜਾਂ ਆਮ ਆਦਮੀ ਕਲੀਨਿਕ ਸ਼ੁਰੂ ਹੋਣ ਜਾ ਰਹੇ ਨੇ, ਇਹਦਾ ਮਾਲਵੇ ਖੇਤਰ ਦੇ ਲੋਕਾਂ ਨੂੰ ਕੀ ਲਾਭ ਮਿਲੇ? ਸਾਰੇ ਪੰਜਾਬ ਦੇ ਲੋਕਾਂ ਨੂੰ ਮਿਲੇਗਾ ਜੀ, ਸਾਰੇ ਪੰਜਾਬ 'ਚ ਖੁੱਲ੍ਹ ਰਹੇ ਹੈਗੇ, ਸਾਰੇ ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ। ਇਹ 30 ਦੀ ਮੈਂ ਤੁਹਾਨੂੰ ਬ੍ਰੇਕਅਪ ਵੀ ਦਿਖਾ ਦਿੰਦਾ ਸਾਰੇ, ਆਹ ਦੇਖੋ ਸਾਰੇ ਜਿਹੜੇ ਅਲੱਗ ਅਲੱਗ ਜ਼ਿਲ੍ਹੇ 'ਚ ਖੁੱਲ੍ਹ ਰਹੇ ਆ। ਜਿਵੇਂ ਇਹ ਪਿੰਡ ਹੈ ਜੀ, ਇਹਨਾਂ ਦੀ ਤਕਰੀਬਨ ਮੇਰਾ ਖਿਆਲ ਅੰਦਾਜ਼ਨ 15,000 ਆਬਾਦੀ ਹੈਗੀ ਇਹਨਾਂ ਦੀ, ਅਤੇ 15,000 ਲੋਕਾਂ ਦੇ ਇਹਨਾਂ ਦੇ ਨੀਅਰੈਸਟ ਜਿਹੜੀ ਹੈਲਥ ਇੰਸਟੀਟਿਊਸ਼ਨ ਹੈ, ਜਿਹੜੀ ਡਿਸਪੈਂਸਰੀ ਵੀ ਹੈ, ਉਹ 15 ਕਿਲੋਮੀਟਰ ਦੂਰ ਹੈ ਜੀ। ਅਤੇ ਕੋਈ ਵੀ ਜਿਹੜਾ ਦੂਜਾ ਸੈਂਟਰ ਹੈ ਕਾਫੀ ਦੂਰ ਹੈ ਇੱਥੋਂ, ਐਡੀ ਵੱਡੀ ਆਬਾਦੀ ਆ। ਹੁਣ ਇਹ ਜੇ ਮਤਲਬ 15,000 ਇਹਨਾਂ ਦੀ ਆਬਾਦੀ ਹੈ, ਮੈਨੂੰ ਦੱਸਦੇ 25-30 ਪਿੰਡ ਹੋਰ ਆਸੇ ਪਾਸੇ ਇਹਨਾਂ ਦੇ, ਘੱਟੋ ਘੱਟ ਵੀ 8-10 ਪਿੰਡ ਆ ਜਿਹੜੇ ਇੱਥੇ ਆ ਸਕਦੇ ਆ। ਉੱਥੇ ਕਿਸੇ ਨੂੰ ਬਲੱਡ ਪ੍ਰੈਸ਼ਰ ਹੈ, ਸ਼ੂਗਰ ਹੈ, ਉਹਦੀ ਦਵਾਈ ਖਤਮ ਹੋ ਗਈ, ਉਹਦੀ ਫਸਲ ਖੇਤ 'ਚ ਖੜੀ ਹੈ, ਮੌਸਮ ਖਰਾਬ ਹੈ, ਅਗਲਾ ਹਫ਼ਤਾ ਜਾਂਦੇ ਨਹੀਂ ਸ਼ਹਿਰ ਵੱਲ, ਉਹਨੇ ਪਿੰਡ 'ਚ ਹੋਏਗਾ, ਟੈਸਟ ਵੀ ਇੱਥੇ ਹੋਣਾ। ਇਹ ਪਹਿਲੀ ਵਾਰੀ ਹੈ ਜੀ ਪ੍ਰਾਇਮਰੀ ਕੇਅਰ ਦੇ ਵਿੱਚ ਭਗਵੰਤ ਮਾਨ ਗੌਰਮੈਂਟ ਦੀ ਜਿਹੜੀ ਕੰਟਰੀਬਿਊਸ਼ਨ ਹੈ ਕਿ ਮੁਹੱਲਾ ਕਲੀਨਿਕ ਦੇ ਵਿੱਚ ਟੈਸਟ ਹੋ ਰਿਹਾ ਔਰ 80 ਦਵਾਈਆਂ ਪੱਕਾ ਮਿਲਣੀਆਂ, 80 ਦਵਾਈਆਂ। ਪਹਿਲੇ ਵਾਲਾ ਨਹੀਂ ਹੈ। ਆਹ ਤੁਸੀਂ ਬਿਲਡਿੰਗ ਦੇਖੋ ਕਿੰਨੀ ਵਧੀਆ ਸਾਫ਼ ਸੁਥਰੀ ਹੈ ਜੀ, ਏਅਰ ਕੰਡੀਸ਼ਨਡ ਹੈ, ਸਾਰੀ ਸਹੂਲਤ ਹੈ। ਡਾਕਟਰ 100% ਪ੍ਰੈਜੈਂਟ ਹੋਏਗਾ ਜੀ, ਕਲੀਨਿਕਲ ਅਸਿਸਟੈਂਟ ਹੋਏਗਾ, ਫਾਰਮਾਸਿਸਟ ਹੋਏਗਾ, ਇੱਕ ਸਫਾਈ ਸੇਵਕ ਹੋਏਗਾ, ਮਤਲਬ ਦਰਜਾ 4 ਹੋਏਗਾ, ਪੂਰਾ ਸਟਾਫ ਹੋਏਗਾ, ਔਰ ਸਾਰਾ ਡਿਜੀਟਲ ਮਾਡਲ ਹੈ ਜੀ ਉਹਦੇ 'ਚ, ਮਤਲਬ ਲੈਪਟੋਪ ਹੈ, ਤਿੰਨਾਂ ਕੋਲ ਲੈਪਟੋਪ ਹੈ, ਕੰਪਿਊਟਰ, ਸਾਰਾ ਜਿਹੜਾ ਰਿਕਾਰਡ ਹੈ ਸਰਕਾਰ ਦੇ ਕੋਲ ਵੀ। ਮੈਨੂੰ ਉੱਥੇ ਮੈਨੂੰ ਆਪਣੇ ਚੰਡੀਗੜ੍ਹ ਦੇ ਦਫ਼ਤਰ 'ਚ ਬੈਠ ਕੇ ਮੈਂ ਦੇਖ ਸਕਦਾ ਵੀ ਕਿਹੜੇ ਮੁਹੱਲਾ ਕਲੀਨਿਕ 'ਚ ਕਿੰਨੇ ਪੇਸ਼ੈਂਟਸ ਆਏ ਆ, ਕਿਹੜੀਆਂ ਕਿਹੜੀਆਂ ਉਹਨਾਂ ਦੀਆਂ ਬਿਮਾਰੀਆਂ। ਸੋ ਮੈਨੂੰ ਅੰਦਾਜ਼ਾ ਹੋ ਜਾਂਦਾ ਔਰ ਕਿੰਨੀ ਦਵਾਈ ਉੱਥੇ ਪਈ ਹੈ, ਕਿੰਨਾ ਉਹਨਾਂ ਕੋਲ ਸਟੋਕ ਹੈ, ਡੇਲੀ ਇਹਨਾਂ ਨੇ ਸਟੋਕ ਕਰਕੇ ਉਹਨਾਂ ਨੂੰ ਰੈਗੂਲਰ ਸਪਲਾਈ ਆਉਂਦੀ ਹੈ ਜੀ। ਬਹੁਤ ਵਧੀਆ ਸਿਸਟਮ ਹੈ ਇਹ, ਜਿਹੜਾ ਕੀਨੀਆ ਦੇ ਵਿੱਚ ਨਾ ਜੀ, ਨੈਰੋਬੀ ਜਗ੍ਹਾ ਉਹਨਾਂ ਦੀ ਜਿਹੜੀ ਕੈਪੀਟਲ ਹੈ, ਉੱਥੇ ਇੱਕ 85 ਕੰਟਰੀਜ਼ ਦਾ ਜਿਹੜਾ ਹੈਗਾ ਸੰਮੇਲਨ ਹੋਇਆ ਸੀਗਾ ਕਿ ਜਿਹੜਾ ਹੈਲਥ ਸਪਲਾਈ ਚੇਨ ਜਿਹੜਾ ਮੈਨੇਜਮੈਂਟ ਸਿਸਟਮ ਹੈ ਉਹਦੇ 'ਚ ਜਿਹੜਾ ਪੰਜਾਬ ਦਾ ਡਰੱਗ ਡਿਲੀਵਰੀ ਸਿਸਟਮ ਹੈ ਨਾ ਜੀ, ਟੂ ਦਾ ਲਾਸਟ ਮੈਨ, ਜਿਹੜਾ ਪਿੰਡ ਦੇ ਵਿੱਚ ਜ਼ਿਆਦਾ ਸਾਡੇ ਮੁਹੱਲਾ ਕਲੀਨਿਕ ਪਿੰਡਾਂ ਦੇ ਵਿੱਚ ਹੈ, ਆਮ ਆਦਮੀ ਕਲੀਨਿਕ। ਸੋ ਇਹ ਰੀਅਲੀ ਕ੍ਰਾਂਤੀ ਹੈ ਕਿ ਪਿੰਡਾਂ ਦੇ ਵਿੱਚ ਟੈਸਟ ਹੋ ਰਿਹਾ ਔਰ ਦਵਾਈਆਂ ਮਿਲ ਰਹੀਆਂ, ਇਹਨੂੰ ਬੈਸਟ ਮਾਡਲ ਕਿਹਾ ਔਰ 40 ਕੰਟਰੀਜ਼ ਨੇ ਕਿਹਾ ਅਸੀਂ ਲਾਗੂ ਕਰਨਾ ਚਾਹੁੰਦੇ ਹਾਂ। ਸਰ, ਆਮ ਤੌਰ 'ਤੇ ਪਿੰਡਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਛੋਟੇ ਛੋਟੇ ਪਿੰਡਾਂ 'ਚ RMP ਡਾਕਟਰ ਹੁੰਦੇ ਨੇ, ਹਾਲਾਂਕਿ ਉਹਨਾਂ ਕੋਲ ਕੋਈ ਡਿਗਰੀ ਵੀ ਨਹੀਂ ਹੁੰਦੀ, ਪਰ ਲੋਕਾਂ ਨੂੰ ਮਜਬੂਰਨ ਉੱਥੇ ਜਾਣਾ ਪੈਂਦਾ। ਅਸੀਂ ਕਹਿ ਸਕਦੇ ਕਿ ਹੁਣ ਪ੍ਰੋਪਰ ਟੈਸਟ ਕਰਕੇ ਜੋ ਉਸਨੂੰ ਦਵਾਈ ਚਾਹੀਦੀ ਹੈ ਉਹ ਉਸਨੂੰ ਮਿਲ ਸਕੇ। ਹਾਂ ਬਿਲਕੁਲ ਜੀ, ਦੇਖੋ ਹੁਣ ਉਹਦਾ ਕੋਈ ਮੁਕਾਬਲਾ ਨਹੀਂ ਹੈ ਜੀ। ਤੁਸੀਂ ਜਿਹਨਾਂ ਨੂੰ RMP ਕਹਿੰਦੇ ਆ, RMP ਦਾ ਮਤਲਬ ਹੁੰਦਾ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ, ਉਹ ਅਸੀਂ ਹੁੰਦੇ ਹਾਂ। ਮੈਂ ਇੱਕ ਡਾਕਟਰ ਹਾਂ, ਮੈਂ ਰਜਿਸਟਰਡ ਹਾਂ। ਜਿਹੜੇ ਮੁਹੱਲਾ ਕਲੀਨਿਕ 'ਚ ਸਾਡੇ ਡਾਇਰੈਕਟਰ ਹੈ, ਵੀ ਆਰ ਰਜਿਸਟਰਡ, ਉਹ ਐਕਚੁਲੀ ਅਨਰਜਿਸਟਰਡ ਆ, ਉਹ ਕੁਆਲੀਫਾਈਡ ਨਹੀਂ ਆ। ਕਿਸੇ ਡਾਕਟਰ ਨਾਲ ਕੰਮ ਕੀਤਾ ਜਾਂ ਕੋਈ ਹੋਰ ਜਿਹਨੂੰ ਬੰਗਾਲੀ ਡਾਕਟਰ ਕਹਿੰਦੇ ਆ ਜਾਂ ਕਿਤੇ ਹੋਰ ਨੀਮ, ਝੋਲਾ ਛਾਪ ਅਸੀਂ ਪੰਜਾਬੀ, ਮਤਲਬ ਝੋਲਾ ਛਾਪ ਕਹਿ ਲਓ, ਚਲੋ ਮਤਲਬ ਨਾ ਜੀ ਉਹ, ਚਲੋ ਇੱਕ ਮਤਲਬ ਜਿਵੇਂ ਹਿਸਟੋਰੀਕਲੀ ਉਹਨਾਂ ਨੇ ਇੱਕ ਬਹੁਤ ਪੋਜ਼ਿਟਿਵ ਉਹਨਾਂ ਦੀ ਕੰਟਰੀਬਿਊਸ਼ਨ ਰਹੀ ਆ। ਜਿੱਥੇ ਕੋਈ ਵੀ ਨਹੀਂ ਹੁੰਦਾ ਸੀ ਉੱਥੇ ਕੋਈ ਕਿਸੇ ਨੂੰ ਕੋਈ ਸਿਰ ਦਰਦ ਹੋ ਗਿਆ ਜਾਂ ਕਿਸੇ ਨੂੰ ਹੋਰ ਕੋਈ ਮਤਲਬ ਕੋਈ ਐਮਰਜੈਂਸੀ ਦੇ ਵਿੱਚ ਵੀ, ਪਹਿਲਾਂ ਇੱਦਾਂ ਹੀ ਹੁੰਦਾ ਸੀਗਾ ਜੀ। ਪਹਿਲਾਂ ਜਦੋਂ ਹਕੀਮ ਹੁੰਦੇ ਸੀਗੇ ਨਾ ਜੀ, ਕਿਸੇ ਉਸਤਾਦ ਤੋਂ ਸਿੱਖ ਕੇ ਆਉਂਦੇ ਸੀਗੇ, ਉਹ ਉਸਤਾਦਾਂ ਦੇ ਚੰਡੇ ਹੋਏ ਆ, ਉਹ ਇੱਕ ਹਿਸਟੋਰੀਕਲੀ ਉਹਨਾਂ ਨੇ ਰੋਲ ਪਲੇ ਕੀਤਾ। ਬਟ ਹੁਣ ਜਦੋਂ ਇੱਕ ਕੁਆਲੀਫਾਈਡ ਡਾਕਟਰ ਅਵੇਲੇਬਲ ਹੈ, ਸਾਰੇ ਟੈਸਟ ਹੋਣੇ ਆ, ਐਵੀਡੈਂਸ ਬੇਸਡ ਮੈਡੀਸਨ ਅਵੇਲੇਬਲ ਹੈ, ਤਾਂ ਨੇਚਰਲੀ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਦਿੱਕਤ ਆਈ। ਪੰਜਾਬ ਦੇ ਵਿੱਚ ਜੇਕਰ ਅਸੀਂ ਅੱਜ 30 ਜਿਹੜੇ ਇਹਨਾਂ ਨੂੰ ਜਮ੍ਹਾਂ ਕਰ ਲਈਏ ਤਾਂ 872 ਇਹਦੀ ਗਿਣਤੀ ਹੋ ਰਹੀ ਹੈ। ਹੋਰ ਵੀ ਅੱਗੇ ਪਲੈਨਿੰਗ ਹੈਗੀ ਹੈ ਕਿ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਖੋਲ੍ਹੇ ਜਾਣੇ? ਬਿਲਕੁਲ ਖੋਲ੍ਹੇ ਜਾਣੇ ਆ ਜੀ। ਅਸੀਂ ਇਨਫੈਕਟ ਅਸੀਂ ਤਾਂ ਜਿਹੜੇ ਸਾਡੇ ਜੇ ਸੈਂਟਰ ਨੇ ਫੰਡ ਨਾਲ ਰੋਕੇ ਹੁੰਦੇ ਤਾਂ ਅਸੀਂ 1600 ਹੋਰ ਖੋਲ੍ਹ ਚੁੱਕੇ ਹੋਣਾ। ਇਹਦੀ ਡਿਮਾਂਡ ਬਹੁਤ ਹੈ ਜੀ, ਸਾਰੇ ਪਿੰਡਾਂ ਵਾਲੇ ਕਹਿੰਦੇ ਸਾਡੇ ਪਿੰਡ ਵੀ ਹੋਣਾ ਚਾਹੀਦਾ। ਸਾਡੀ ਕੋਸ਼ਿਸ਼ ਹੈ ਕਿ ਜਾਂ ਤਾਂ ਤੁਹਾਡੇ ਪਿੰਡ ਦੇ ਵਿੱਚ ਆਮ ਆਦਮੀ ਕਲੀਨਿਕ ਹੋਵੇਗਾ ਜਾਂ ਨਾਲ ਦੇ ਪਿੰਡ 'ਚ ਹੋਵੇਗਾ, ਇਸ ਤੋਂ ਦੂਰ ਨਹੀਂ ਹੋਵੇਗਾ। ਅਸੀਂ ਕਹਿ ਸਕਦੇ ਕਿ ਜਿਹੜੇ ਫੰਡ ਰੋਕੇ ਉਹ ਕਿਤੇ ਨਾ ਕਿਤੇ ਅੜਿੱਕਾ ਬਣਦੇ ਆ, ਜੇਕਰ ਫੰਡ ਆ ਜਾਣ ਤਾਂ ਪੂਰੇ ਸ਼ਹਿਰ ਪੰਜਾਬ ਦੇ ਹਰ ਇੱਕ ਕਸਬੇ ਦੇ ਵਿੱਚ ਕਲੀਨਿਕ। ਬਿਲਕੁਲ ਬਿਲਕੁਲ ਜੀ, ਔਰ ਮੈਂ ਉਮੀਦ ਵੀ ਕਰਦਾ ਕਿ ਸੈਂਟਰ ਗੌਰਮੈਂਟ ਔਰ ਸਟੇਟ ਗੌਰਮੈਂਟ ਨੇ ਮਿਲ ਕੇ ਕੰਮ ਕਰਨਾ ਹੁੰਦਾ, ਉਹਨਾਂ ਨੇ ਮਤਲਬ ਅੜਿੱਕੇ ਨਹੀਂ ਪਾਉਣੇ ਹੁੰਦੇ, ਉਹਨਾਂ ਨੇ ਮਿਲ ਕੇ ਕੰਮ ਕਰਨਾ ਹੁੰਦਾ। ਮੈਂ ਉਮੀਦ ਕਰਦਾ, ਸਾਡੀ ਟੀਮ ਗਈ ਹੋਈ ਹੈ ਜੀ, ਅੱਜ ਇਸ ਵੇਲੇ ਜਦੋਂ ਮੈਂ ਇੱਥੇ ਆਇਆ, ਸਾਡੇ ਸੈਕਟਰੀ ਸਾਹਿਬ ਔਰ ਸਾਡੀ ਜਿਹੜੀ ਇੱਕ ਟੀਮ ਹੈ, ਅਸੀਂ ਦਿੱਲੀ ਭੇਜੀ।
ਬੀਜੀ ਹੋਈ ਆ। ਪਹਿਲਾਂ ਮੈਂ ਜਿਹੜੇ ਯੂਨੀਅਨ ਹੈਲਥ ਮਿਨਿਸਟਰ ਹੈ JP ਨੱਡਾ ਜੀ, ਉਹਨਾਂ ਨੂੰ ਮੈਂ ਮਿਲ ਕੇ ਆਇਆ ਸੀਗਾ ਔਰ ਸਾਡੀ ਗੱਲਬਾਤ ਚੱਲਦੀ ਹੈ। ਮੈਂ ਉਮੀਦ ਕਰਦਾ ਕਿ ਅੱਜ ਸਾਡੇ ਫੰਡ ਰਿਲੀਜ਼ ਕਰਨੇ ਸ਼ੁਰੂ ਕਰ ਦੇਣਗੇ ਇਹਦੇ ਵੀ ਅਤੇ ਇੰਸ਼ੋਰੈਂਸ ਵਾਲੇ ਵੀ, ਅਤੇ ਅਸੀਂ ਲੋਕਾਂ ਨੂੰ ਬੈਟਰ ਬਿਹਤਰ ਮਿਲ ਕੇ ਅਸੀਂ ਦੋਨੋਂ ਜਣੇ ਸੈਂਟਰ ਗੌਰਮੈਂਟ। ਆਖਰੀ ਸਵਾਲ, ਜਦੋਂ ਤੋਂ ਇਹ ਖਬਰਾਂ ਆ ਰਹੀਆਂ ਨੇ ਕਿ ਫੰਡ ਰੋਕਿਆ ਗਿਆ ਕੇਂਦਰ ਸਰਕਾਰ ਵੱਲੋਂ ਪੰਜਾਬ, ਤਾਂ ਇੱਕ ਲੋਕਾਂ ਦੇ ਵਿੱਚ ਇੱਕ ਅਸੀਂ ਕਹੀਏ ਕਿ ਚਰਚਾ ਹੈ ਕਿ ਆਯੁਸ਼ਮਾਨ ਕਾਰਡ ਤੋਂ ਹੁਣ ਪੰਜਾਬ ਦੇ ਵਿੱਚ ਇਲਾਜ ਹੋ ਰਿਹਾ ਜਾਂ ਨਹੀਂ, ਉਹ ਥੋੜ੍ਹਾ ਜਿਹਾ ਕਲੀਅਰ ਕਰ। ਦੇਖੋ ਜਿਹੜਾ ਆਯੁਸ਼ਮਾਨ ਕਾਰਡ ਹੈ ਇਹਦੇ ਵਿੱਚ ਮੈਂ ਦੱਸਦਾ, ਉਹਦੇ 'ਚ ਜਿਵੇਂ ਸਰਕਾਰੀ ਹਸਪਤਾਲ ਹੈ ਉਹਨਾਂ ਦੇ ਵਿੱਚ ਸਾਰਿਆਂ 'ਚ ਇਲਾਜ ਹੋ ਰਿਹਾ, ਮੈਡੀਕਲ ਕਾਲਜਾਂ 'ਚ ਇਲਾਜ ਹੋ ਰਿਹਾ, ਕਾਰਪੋਰੇਟ ਹੋਸਪਿਟਲ ਦੇ ਵਿੱਚ ਇਲਾਜ ਹੋ ਰਿਹਾ, ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੈਜੋਰਟੀ ਡਾਕਟਰ ਕਰ ਰਹੇ ਆ। ਬੁੱਧਵਾਰ ਨੂੰ ਮੇਰੀ ਉਹਨਾਂ ਦੇ ਨਾਲ ਮੀਟਿੰਗ ਹੈ, ਅਸੀਂ 242 ਤਕਰੀਬਨ 250 ਕਰੋੜ ਅਸੀਂ ਉਹਨਾਂ ਨੂੰ ਦੇ ਚੁੱਕੇ ਹਾਂ। ਉਹਦੇ ਵਿੱਚ ਵੀ ਅਸੀਂ ਪ੍ਰਾਈਵੇਟ ਹਸਪਤਾਲਾਂ ਦੇ 197 ਕਰੋੜ ਦੇਣੇ ਆ, ਅਤੇ ਸਾਡੇ 225 ਕਰੋੜ ਸੈਂਟਰ ਨੇ ਰੋਕੇ ਹੋਏ ਆ, ਔਰ ਹੁਣ ਦੇ ਨਹੀਂ 2018 ਦੇ ਰੋਕੇ ਹੋਏ ਆ। ਕਹਿੰਦੇ ਸਾਨੂੰ 2018 ਤੋਂ ਜਦੋਂ ਕਾਂਗਰਸ ਗੌਰਮੈਂਟ ਸੀ, ਜਿਹੜਾ ਉਸ ਵੇਲੇ ਦਾ ਮੁੱਖ ਮੰਤਰੀ ਉਹਨਾਂ ਨੂੰ ਜੁਆਇਨ ਕਰ ਚੁੱਕਿਆ, ਕਹਿੰਦੇ ਉਹਨਾਂ ਦੇ ਸਾਨੂੰ ਜਿਹੜੇ UC ਹੁੰਦੇ ਆ ਯੂਟੀਲਾਈਜੇਸ਼ਨ ਸਰਟੀਫਿਕੇਟ, ਅਤੇ ਉਹਦਾ ਆਡਿਟ ਕਰਾ ਕੇ ਸਾਨੂੰ ਰਿਪੋਰਟ ਭੇਜੋ। ਉਹ ਅਸੀਂ ਕਰਾ ਦਿੱਤਾ, ਮੈਂ 2022 ਤੱਕ ਕਰਾ ਦਿੱਤਾ, ਉਹਨੂੰ ਟਾਈਮ ਲੱਗੇਗਾ। ਕੇਂਦਰ ਵੱਲੋਂ ਪੈਸਾ ਨਾ ਆਉਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਕੋਲ, ਉਹਦੇ ਬਾਵਜੂਦ ਵੀ ਆਮ ਆਦਮੀ ਕਲੀਨਿਕ ਬਣਾ ਰਹੀ ਆ, ਉਹਦੇ ਬਾਵਜੂਦ ਦਵਾਈਆਂ ਦੇ ਰਹੀ ਆ, ਉਹਦੇ ਬਾਵਜੂਦ ਪ੍ਰਾਈਵੇਟ ਹਸਪਤਾਲਾਂ ਨੂੰ ਪੈਸੇ ਦੇ ਰਹੀ ਆ। ਸੋ ਇਹ ਜੇ ਕੇਂਦਰ ਦੇ 225 ਕਰੋੜ ਰੁਪਏ ਆ ਜਾਣਗੇ, ਅਸੀਂ 197 ਦੇਣੇ ਆ ਪ੍ਰਾਈਵੇਟ ਹਸਪਤਾਲਾਂ ਦੇ, ਬਾਕੀ ਅਸੀਂ ਸਰਕਾਰੀ ਦੇ ਬਾਅਦ 'ਚ ਦੇ ਦਾਂਗੇ। ਮੈਂ ਇੱਕ ਇੱਕ ਪੈਸਾ ਪ੍ਰਾਈਵੇਟ ਹਸਪਤਾਲਾਂ ਦਾ ਦੇ ਸਕਦਾ, ਸੋ ਮੈਂ ਉਹਨਾਂ ਭਰਾਵਾਂ ਨੂੰ ਵੀ ਬੇਨਤੀ ਕਰਦਾ ਕਿ ਥੋੜ੍ਹਾ ਜਿਹਾ ਇਤਮਿਨਾਨ ਰੱਖੋ। ਸਾਡੀ ਅੱਜ ਟੀਮ ਗਈ ਹੋਈ ਆ, ਮੈਨੂੰ ਪੂਰੀ ਉਮੀਦ ਹੈ ਕਿ ਅੱਜ ਨੱਡਾ ਸਾਹਿਬ ਉਹਨਾਂ ਨੂੰ ਪਹਿਲੀ ਕਿਸ਼ਤ ਦੇ ਦੇਣਗੇ ਜੀ। ਧੰਨਵਾਦ। ਇਹ ਨੇ ਡਾਕਟਰ ਬਲਬੀਰ ਸਿੰਘ ਜੋ ਕਿ ਸਿਹਤ ਮੰਤਰੀ ਨੇ ਪੰਜਾਬ ਦੇ, ਤਾਂ ਉਹਨਾਂ ਨੇ ਜਿੱਥੇ ਪੰਜਾਬ ਦੇ ਵਿੱਚ ਆਮ ਆਦਮੀ ਕਲੀਨਿਕ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ, ਤਾਂ ਨਾਲ ਦੀ ਨਾਲ ਉਹਨਾਂ ਨੇ ਇੱਕ ਅਹਿਮ ਜਾਣਕਾਰੀ ਪੰਜਾਬ ਦੇ ਲੋਕਾਂ ਦੇ ਲਈ ਵੀ ਸਾਂਝੀ ਕੀਤੀ ਹੈ ਕਿ ਆਯੁਸ਼ਮਾਨ ਕਾਰਡ ਦੇ ਜ਼ਰੀਏ ਜਿਹੜਾ ਹਸਪਤਾਲਾਂ ਦੇ ਵਿੱਚ ਇਲਾਜ ਹੋ ਰਿਹਾ ਸੀ ਉਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਅੜਚਣ ਨਹੀਂ ਆ ਰਹੀ। ਹਾਲਾਂਕਿ ਸੈਂਟਰ ਵੱਲੋਂ ਜ਼ਰੂਰ ਜਿਹੜੇ ਫੰਡ ਨੇ 2.5 ਕਰੋੜ ਦੇ ਕਰੀਬ, 250 ਕਰੋੜ ਦੇ ਕਰੀਬ ਜਿਹੜੇ ਫੰਡ ਰੋਕੇ ਗਏ ਨੇ, ਤਾਂ ਉਹਨਾਂ ਦਾ ਕਹਿਣਾ ਕਿ ਅੱਜ ਸਾਡੀ ਇੱਕ ਟੀਮ ਜਿਹੜੀ ਹੈ ਉਹ ਕੇਂਦਰੀ ਮੰਤਰੀ JP ਨੱਡਾ ਦੇ ਕੋਲ ਪਹੁੰਚੀ ਹੋਈ ਹੈ, ਔਰ ਸਾਨੂੰ ਉਮੀਦ ਹੈ ਕਿ ਕੇਂਦਰ ਬਹੁਤ ਜਲਦ ਜਿਹੜੇ ਹੱਕ ਬਣਦੇ ਨੇ ਪੰਜਾਬ ਦੇ ਜਾਂ ਫਿਰ ਜਿਹੜੇ ਫੰਡ ਪੰਜਾਬ ਦੇ ਲੋਕਾਂ ਦੀ ਸਿਹਤ ਦੇ ਉੱਤੇ ਖਰਚ ਕੀਤੇ ਜਾਣੇ ਨੇ, ਤਾਂ ਉਹਨਾਂ ਦਾ ਕਹਿਣਾ ਕਿ ਉਹ ਵੀ ਮਿਲਣਗੇ। ਪਰ ਕਿਸੇ ਤਰ੍ਹਾਂ ਦਾ ਕੋਈ ਅੜਿੱਕਾ ਜੋ ਹੈ, ਭਾਵੇਂ ਕਿ ਕੇਂਦਰ ਸਰਕਾਰ ਵੱਲੋਂ ਫੰਡ ਨਹੀਂ ਦਿੱਤੇ ਗਏ, ਉਹਨਾਂ ਦਾ ਕਹਿਣਾ ਕਿ ਕਿਸੇ ਦੇ ਇਲਾਜ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਅੜਿੱਕਾ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਨਹੀਂ ਆਉਣ ਦਿੱਤਾ ਜਾ ਰਿਹਾ, ਔਰ ਸਾਰੇ ਜਿਹੜੇ ਭਾਵੇਂ ਨਿੱਜੀ ਹੋਸਪਿਟਲ ਨੇ ਜਾਂ ਕੋਈ ਹੋਰ ਹੋਸਪਿਟਲ ਹੈ, ਤਾਂ ਉਸਦਾ ਇੱਕ ਇੱਕ ਰੁਪਈਆ ਉਹਨਾਂ ਦਾ ਕਹਿਣਾ ਕਿ ਪੰਜਾਬ ਸਰਕਾਰ ਜੋ ਹੈ ਉਹ ਅਦਾ ਕਰ ਰਹੀ ਹੈ ਤਾਂ ਕਿ ਪੰਜਾਬ ਦੇ ਲੋਕਾਂ ਦੀ ਸਿਹਤ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਖਿਲਵਾੜ ਨਾ ਹੋ ਸਕੇ। ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਾਜੀਵ ਸ਼ਰਮਾ, ਨਿਊਜ਼ 18 ਬਠਿੰਡਾ।